ਬੰਦੇ ਪਤਾ ਲੈ ਜਾਣਾ ਐਂ ਤਾਂ ਕਿਉਂ ਸੱਦਰ ਕਚਹਿਰੀ ਚੋ ਕੇ ਸਾਰਾ ਕੁਝ ਲਿਖਿਆ ਵਾ ਤੁਸਾਂ ਕਿ ਹੁਣ ਮੁਸ਼ਕਲ ਨਹੀਂ ਹੋਣਗੇ ਨਵੇਂ ਬੰਦੇ। ਮੌਸਮ ਬੜਾ ਕਲੋਡੀ ਕਲੋਡੀ ਹੈ ਅੱਜ, ਆਵਾਮ ਖਲਤੀ ਵੀ ਹੈ। ਇਹ ਜਾ ਰਹੇ ਜੀ ਫਲਾਈ ਚਨਾ, ਪ੍ਰਾਈਵੇਟ ਜਹਾਜ਼ ਹੈ ਜੀ ਪਾਕਿਸਤਾਨ ਨਾਲ, ਇਹ ਨਿੱਕਾ ਜਹਾਜ਼ ਹੈ। ਟ੍ਰਿਪਲ 777 ਅਸਲਾਮ ਵਾਲੇਕੁਮ ਦੋਸਤੋ, ਉਮੀਦ ਕਰਸਾਂ ਸਾਰੇ ਠੀਕ ਹੋਸੋ। ਅੱਜ ਜੀ ਜਾ ਰਹੇ ਹਾਂ ਜੀ ਏਅਰਪੋਰਟ ਵਾਲੀ ਸਾਈਡ, ਕਿਸੇ ਬੰਦੇ ਕੇ ਰਿਸੀਵ ਕਰਨੇ ਵਾਸਤੇ ਮੈਂ ਚਲੋ ਵੀਡੀਓ ਬਣਾਈ ਹੈ, ਨਾਲੇ ਤੁਸਾਂ ਨਾਲ ਵੀ ਜਿਹੜਾ ਨਾ ਸ਼ੇਅਰ ਕੀਤੀ ਹੈ। ਅਤੇ ਇਨਸ਼ਾਅੱਲਾ ਉੱਥੇ ਰਹੇ ਸਾਡੇ ਨਾਲ ਤੁਹਾਨੂੰ ਦੱਸਾਂ ਇਸਲਾਮਾਬਾਦ ਏਅਰਪੋਰਟ, ਅਤੇ ਉੱਥੇ ਵੀ ਥੋੜ੍ਹੀ ਜਿਹੀ ਵੀਡੀਓ ਬਣਾ ਸਾਂ। ਬਾਕੀ ਸਾਂ ਇਹ ਤੱਕੋ ਹੋਣਾ ਸਾਂ ਬਿਲਕੁਲ ਹੈ ਜਾਣੇ ਪਿਆ ਗੀਗਾ ਮਾਲ ਕੋਲ, ਅਤੇ ਇਨਸ਼ਾਅੱਲਾ ਵੀ ਸਾਂ ਤੱਕੋ ਕਿਤਨਾ ਖੂਬਸੂਰਤ ਹੈ, ਕਿਤਨੀਆਂ ਸੋਹਣੀਆਂ ਬਿਲਡਿੰਗਾਂ ਇੱਥੇ ਬਣੀਆਂ ਵੀ ਆ ਜਨਾਬ। ਇਹ ਚੈੱਕ ਕਰੋ ਗੀਗਾ ਮਾਲ, ਇਹ ਸਾਹਮਣੇ ਗੀਗਾ ਮਾਲ ਹੈਗਾ ਸ਼ਨਾ, ਅਤੇ ਗੀਗਾ ਮਾਲ ਵੀ ਮਾਸ਼ਾਅੱਲਾ ਕਾਫੀ ਬੜਾ ਕਰੀ ਉੜਿਆ ਨੇ ਹੁਣ, ਅਤੇ ਮੈਂ ਵੀ ਕਾਫੀ ਦਿਨਾਂ ਬਾਅਦ ਚੱਕਰ ਲੱਗਾ, ਅਤੇ ਹੁਣ ਸੱਗੀ ਸੁਪਨੇ ਨਾਲ ਵੀ ਬਿਲਡਿੰਗਾਂ ਬਣੀਆਂ ਪਈਆਂ। ਗੀਗਾ ਮਾਲ ਨਹੀਂ ਹੋ ਗਿਆ, ਨਵੀਂ ਬਿਲਡਿੰਗ ਵੀ ਬਸ ਰੈਡੀ ਹੈ, ਅਤੇ ਹੁਣ ਸਾਨੂੰ ਤੱਕ ਉਹ ਵਿਲਾਗ, ਅਤੇ ਇਨਸ਼ਾਅੱਲਾ ਤੁਸਾਂ ਕਿ ਹੁਣ ਅਗਲੇ ਪਾਰਟ ਏਅਰਪੋਰਟ ਮਿਲਸਾਂ, ਅਤੇ ਥੋੜ੍ਹਾ ਜਿਹਾ ਜਾਣਿਓ ਮੋਟਰ ਵੇ ਨਾਲ ਵੀ ਕਲਿੱਪ ਤੁਸਾਂ ਕੀ ਦੱਸਾਂ। ਠੀਕ ਹੈ ਜੀ ਦੋਸਤੋ, ਤੁਹਾਡੀ ਵੀਡੀਓ ਥੋੜ੍ਹੀ ਜਿਹੀ ਤੱਕੋ, ਇਹ ਬਿਲਡਿੰਗ ਚੈੱਕ ਕਰਾਓ ਜੀ ਸੱਜੇ ਪਾਸੇ, ਇਹ ਗੀਗਾ ਮਾਲ ਜੀ ਬਿਲਡਿੰਗ ਹੈ, ਅਤੇ ਇਹ ਨਾਲ ਨਵੀਂ ਬਿਲਡਿੰਗ ਬਣੀ ਪਈ ਆ ਗਿਆ, ਉਸ ਤੱਕ ਕੀ ਤੁਹਾਨੂੰ ਆਪਾਂ ਲਿਖਿਆ ਵਾ ਗੀਗਾ। ਅਤੇ ਰੋਡਾਂ ਵੀ ਕਾਫੀ ਇੰਪਰੂਵਮੈਂਟ ਹੋਣੀ ਪਈ ਆ ਇੱਧਰ, ਰੋਡਾਂ ਵੀ ਕਾਫੀ ਬਣੀਆਂ ਪਈਆਂ ਨੇ, ਇਹ ਜੇ ਇਹਨਾਂ ਦਾ ਕੰਮ ਜਾਰੀ ਹੈ। ਇਹ ਸਾਈਨ ਬੋਰਡ ਹੈਗਾ ਨਵੇਂ ਲਈ ਗਏ ਸਾਰੇ, ਅਗਰ ਇਹ ਸਾਈਨ ਬੋਰਡ ਕੋਈ ਹੋਣੀ ਸੀ ਕਿਉਂਕਿ ਨਵਾਂ ਬੰਦਾ, ਅੱਛਾ ਜ਼ਾਹਰੀ ਗੱਲ ਹੈ ਉਸਕੀ ਇਹਨਾਂ ਗੱਲਾਂ ਦਾ ਨਹੀਂ ਪਤਾ ਹੋਣਾ, ਤਾਂ ਚਲੋ ਇਹ ਸਾਈਨ ਬੋਰਡ ਹੋਣਾ, ਚਲੋ ਬੰਦੇ ਵੀ ਪਤਾ ਲੈ ਜਾਣਾ ਐਂ ਤਾਂ ਕਿਉਂ ਸੱਦਰ ਕਚਹਿਰੀ ਚੋ ਕੇ ਸਾਰਾ ਕੁਝ ਲਿਖਿਆ ਵਾ, ਤੁਸਾਂ ਕਿ ਹੁਣ ਮੁਸ਼ਕਲ ਨਹੀਂ ਹੋਣਗੇ ਨਵੇਂ ਬੰਦੇ ਵਾਸਤੇ। ਅਤੇ ਮਾਸ਼ਾਅੱਲਾ ਕਾਫੀ ਜਿਹੜਾ ਨਾ ਇਹ ਤਰੱਕੀ ਕਰੀ ਰਿਹਾ ਇਲਾਕਾ, ਇਹ ਜਿਹੜਾ ਖਾਸ ਕਰੀ ਇਸ ਜਗ੍ਹਾ ਜਿਹੜਾ ਗੀਗਾ ਮਾਲ ਕੋਲ, ਕਿਉਂਕਿ ਇੱਥੇ ਤੁਸੀਂ ਪਤਾ ਡਿਫੈਂਸ ਵੀ ਲੱਗਣਾ, ਬੈਰੀਆ ਵੀ ਹੈ, ਅਤੇ ਕਾਫੀ ਏਰੀਆ ਜਿਹੜੇ ਨੂੰ ਨਾ ਹੋਰ ਚ ਜਾ ਕੇ ਜਿਹੜੇ ਨੂੰ ਇੱਥੇ ਲੱਗਣੇ, ਇਸੀ ਵਜ੍ਹਾ ਤੋਂ ਜਿਹੜਾ ਨਾ ਇਹ ਕਾਫੀ ਜਿਹੜਾ ਤਰੱਕੀ ਕਰੀ ਰਿਹਾ ਜਗ੍ਹਾ। ਠੀਕ ਹੈ ਜੀ ਦੋਸਤੋ, ਹੁਣ ਤੁਸੀਂ ਇਨਸ਼ਾਅੱਲਾ ਅਗਲਾ ਕਲਿੱਪ ਦੱਸਾਂ ਮੋਟਰ ਵੇਜ। ਦੋਸਤੋ ਹੁਣ ਅਸਾਂ ਜਾ ਰਹੇ ਹਾਂ ਜਨਾਬ M5 ਮੋਟਰ ਵੇ ਪਰ, ਇਹ ਜਨਾਬ ਇਹ ਮੋਟਰ ਵੇ ਤੁਸੀਂ ਕਿ ਕੁੱਥਾ ਕੁੱਥਾ ਕੱਟਦੇ, ਇਹ ਵੀ ਤੁਸੀਂ ਮੈਂ ਡਿਟੇਲ ਪਾਉਣਾ ਆ। ਇਸ ਮੋਟਰ ਵੇ ਪਰ ਜਨਾਬ ਤੁਸੀਂ ਲਾਹੌਰ ਵੀ ਜਾ ਸਕਦੇ ਹੋ, ਪਿਸ਼ਾਵਰ ਵੀ ਜਾ ਸਕਦੇ ਹੋ, ਹਰੀਪੁਰ ਵੀ ਜਾ ਸਕਦੇ ਹੋ। ਇਸ ਤੋਂ ਇਲਾਵਾ ਜਨਾਬ ਇਹ ਜ਼ਾਹਰੀ ਗੱਲ ਹੈ ਏਅਰਪੋਰਟ ਤਾਂ ਜਾਣੀ ਜਾਣੀ ਹੈ। ਠੀਕ ਹੈ ਜੀ, ਮੈਂ ਤੁਸੀਂ ਇਹ ਵੀ ਦੱਸੀ ਉੜਾਂ ਇਸ ਮੋਟਰ ਵੇ ਦੀ ਕਿ ਕੁੱਥਾ ਕੁੱਥਾ ਜਾਣੀ ਹੈ। ਉਹ ਮਾਸ਼ਾਅੱਲਾ ਇਸ ਮੋਟਰ ਵੇ ਪਰ ਅਸਾਂ ਚੜ੍ਹੀ ਗਏ ਹਾਂ, ਤਕਰੀਬਨ ਹੋਰ 10 ਮਿੰਟਾਂ 'ਚ ਅਸਾਂ ਇਨਸ਼ਾਅੱਲਾ ਏਅਰਪੋਰਟ ਵਾਲੀ ਰੋਡਾਂ ਵੀ ਪਹੁੰਚ ਜਾ ਸਾਂ। ਵਿਊ ਚੈੱਕ ਕਰੋ ਏਅਰਪੋਰਟ ਦਾ, ਅੱਜ ਮੌਸਮ ਹੀ ਥੋੜ੍ਹਾ ਜਿਹਾ ਕਲੋਡੀ ਜਿਹਾ ਹੈ, ਚੜ੍ਹ ਕਾਫੀ ਚੜ੍ਹੇ ਵੇ, ਇੱਥੇ ਨਿਕਲਦੇ ਸਾਂ ਘਰੋਂ ਤਾਂ ਵੀ ਸਾਨੂੰ ਧੁੰਦ ਕਾਫੀ ਸਾਡੇ ਤੋਂ ਪੈਸਾ, ਅੱਜ ਸਾਫ਼ ਇਤਨਾ ਮੌਸਮ ਕੋਈ ਨਹੀਂ। ਫਿਰ ਵੀ ਮਾਸ਼ਾਅੱਲਾ ਪਾਕਿਸਤਾਨੀ ਮੋਟਰ ਵੇ ਇੱਕ ਵਾਰੀ ਚੈੱਕ ਕਰੋ, ਇਹ ਤਾਂ ਅਜਾ ਕੁਝ ਨਹੀਂ, ਇਹ ਤਾਂ ਨਮੂਨਾ ਆ ਮੋਟਰ ਵੇ ਨਾਲ, ਅਸਲੀ ਮੋਟਰ ਵੇ ਜਿਹੜੀਆਂ ਨਾ ਜਿਹੜੀਆਂ ਬੰਦੀਆਂ ਉਹ ਪਤਾ ਹੀ ਆ ਸਾਂ ਕਿ ਕੈਸੀਆਂ ਮੋਟਰ ਵੇ। ਮਾਸ਼ਾਅੱਲਾ ਬਹੁਤ ਹੀ ਸਮੂਥ, ਪਤਾ ਹੀ ਨਹੀਂ ਲੱਗਣਾ ਪਿਆ ਕਿ ਗੱਡੀ ਟੁੱਟਣੀ ਪਈ ਆ, ਬਹੁਤ ਜ਼ਬਰਦਸਤ ਚਾਹੀਦੀ ਹੈ ਜੀ। ਇਸ ਵੇਲੇ ਟਰੱਕ ਸ਼ੱਕ ਵੀ ਆਈ ਰਿਹਾ, ਅੱਜ ਟ੍ਰੈਫਿਕ ਥੋੜ੍ਹੀ ਘੱਟ ਹੈ ਕਿਉਂਕਿ ਅੱਜ ਦਿਹਾੜਾ ਸੰਡੇ ਦਾ ਆਇਆ, ਤਾਂ ਇਸ ਮੈਨੂੰ ਅੱਜ ਟ੍ਰੈਫਿਕ ਕਾਫੀ ਘੱਟ ਹੈ। ਅਸਾਂ ਜਲਦੀ ਪਹੁੰਚੇ ਹਾਂ, ਤਕਰੀਬਨ ਅਸਾਂ ਕਿ 2 ਘੰਟੇ 'ਚ ਅਸਾਂ ਇੱਥੇ ਪਹੁੰਚੇ ਹਾਂ,
ਵੈਸੇ ਜੇ ਟ੍ਰੈਫਿਕ ਵੈ ਤਾਂ ਸਾਈ ਤਕਰੀਬਨ 3 ਘੰਟੇ ਸਮਝੀ, ਕੋਈ ਘੰਟਾ ਇੱਕ ਐਕਸਟਰਾ ਰੱਖੀ ਰੱਖੋ। ਅਤੇ ਉਹ ਸਾਈਨ ਬਹੁਤ ਸੰਗੀ ਨਜ਼ਰ ਸੀ ਨਾ, ਉਹ ਸੀ ਸਾਈਡ ਬਲੌਰ ਪਿਸ਼ਾਵਰ ਅਤੇ ਏਅਰਪੋਰਟ ਅਤੇ ਸ਼ੁਮਾਰੀ ਇਲਾਕਾ ਜਾਂ ਤੁਸੀਂ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਵੀ ਇਸ ਮੋਟਰਵੇ ਰਾਹ ਤੁਸੀਂ ਜਾ ਹੀ ਸਕਦੇ ਹੋ। ਜਿਸ ਤਰ੍ਹਾਂ ਏਅਰਪੋਰਟ ਹੈ ਕਿਰਨੀ ਹੈ ਰੋਡ, ਉਸ ਨੇ ਉੱਪਰ ਜਿਹੜਾ ਬੰਦੇ ਆ ਬ੍ਰਿਜ ਬਣਦਾ ਵਾ, ਬਸ ਉੱਥੋਂ ਤੁਸੀਂ ਰਾਉਂਡ ਬੋਰਡ ਕੀ ਨਾ ਤਾਂ ਸਿੱਧਾ ਜਨਾਬ ਮੋਟਰਵੇ ਪਰ ਚੜ੍ਹੀ ਜਾ ਸੋ ਹਰੀਪੁਰਾ ਦੇ, ਤੁਸੀਂ ਇੱਧਰ ਲੱਗੇ ਜਾਓ। ਲਾਹੌਰ ਜਾਣੇ ਲਾਹੌਰ ਜਾ ਸਕਦੇ ਹੋ ਅਤੇ ਪਿਸ਼ਾਵਰ ਜਾਣੇ ਹੋ ਪਿਸ਼ਾਵਰ ਜਾ ਸਕਦੇ ਹੋ। ਠੀਕ ਆ ਜੀ ਦੋਸਤੋ, ਹੁਣ ਤੁਸੀਂ ਕਿ ਇਨਸ਼ਾਅੱਲਾ ਮਿਲਦੇ ਹਾਂ ਏਅਰਪੋਰਟ ਪਰ, ਏਅਰਪੋਰਟ ਵਾਲੀ ਰੋਡ ਪਰ। ਠੀਕ ਹੈ ਜੀ, ਇਨਸ਼ਾਅੱਲਾ। ਠੀਕ ਹੈ ਜੀ, ਦੋਸਤੋ ਹੁਣ ਅਸਾਂ ਜੀ ਏਅਰਪੋਰਟ ਵਾਲੀ ਰੋਡਾਂ ਪਰ ਹਾਂ। ਜਦ ਤੱਕ ਕੀ ਸਕਦੇ ਹੋ ਕਿਤਨਾ ਜ਼ਿਆਦਾ ਇੱਥੇ ਆਬਾਦੀ ਵਿੱਚ ਇਜ਼ਾਫਾ ਹੋਣਾ ਪਿਆ, ਅਪਾਇੰਟਮੈਂਟ ਬਣਨੇ ਪਏ, ਹੋਰ ਬੇਸ਼ੁਮਾਰ ਫਲੈਟ ਸ਼ੈਟ ਵਗੈਰਾ ਬਿਲਡਿੰਗਾਂ ਬਣੀਆਂ ਪਈਆਂ ਜਾਂ ਬਿਲਡਿੰਗਾਂ ਪਿੱਛੇ ਰਹੀਆਂ ਅਸਾਂ ਦੱਸਿਆ ਹੋਣੀ। ਬਾਕੀ ਅਤੇ ਹਾਊਸਿੰਗ ਸੁਸਾਇਟੀਆਂ ਇੱਥੇ ਬਹੁਤ ਸਾਰੀਆਂ ਬਣੀਆਂ ਪਈਆਂ, ਤਾਂ ਇਹ ਤੱਕ ਹੀ ਸਕਦੇ ਹੋ ਮਕਾਨ ਕਿਤਨੇ ਤੁਹਾਡੇ ਮਕਾਨ ਦੇ ਕੋਠੀਆਂ ਇੱਧਰ ਬਣੀਆਂ। ਬਿਲਕੁਲ ਏਅਰਪੋਰਟ ਵਾਲੀ ਰੋਡਾਂ ਨਾਲ ਹੈ, ਦਿਨ ਬ ਦਿਨ ਰੋਡਾਂ ਪਰ ਘਰਾਂ ਨਾਲ ਜ਼ਿਆਦਾ ਨਾਲ ਇਜ਼ਾਫਾ ਹੋਣਾ ਪਿਆ, ਕਿਉਂਕਿ ਏਅਰਪੋਰਟ ਕੋਲ ਤੁਹਾਨੂੰ ਪਤਾ ਹੈ ਕਿ ਡਰੀ ਗੱਲ ਹੈ। ਹੁਣ ਇਹ ਕੁਸਾ ਜ਼ਮਾਨੇ 'ਚ ਇਤਨਾ ਬੰਜਰ ਇਲਾਕਾ ਹੋਣਾ ਸੀ ਨਾ ਕਿ ਮੈਂ ਸਹੀ ਬਾਈ ਨਾ ਸਕਣਾ ਕਿ ਇੱਥੇ ਮਤਲਬ ਗਿੱਦੜੀ ਰੂੜਾ ਮਾਰਨੇ ਹੋਣੇ ਸੀ, ਕੋਈ ਰਾਹ ਨਹੀਂ ਲੱਭਣਾ ਸੀ ਲੋਕਾਂ ਕੀ ਕਿ ਇੱਥੇ ਕੋਈ ਇੱਛਾ ਤਾਂ ਕੋਈ ਟੁਰਾਂ ਕਿ ਕੋਈ ਰਾਹ ਲੱਭਿਆ ਕੁਸਾ, ਮਤਲਬ ਇਹੀ ਹੋਣੀ ਸੀ ਇੱਥੇ। ਠੀਕ ਹੈ, ਬਾਅਦ ਹੀ ਲੋਕਾਂ ਸ਼ੁਕਾਂ ਚਲੋ ਆਪਣੇ ਕੱਢੇ ਪਲਾਟ ਸ਼ਾਟ ਲਿਖਦੇ ਨੇ, ਤਾਂ ਕਾਫੀ ਹੁਣ ਹਾਊਸਿੰਗ ਸੁਸਾਇਟੀ ਜਿਹੜੀਆਂ ਨੇ ਇੱਥੇ ਬਹੁਤ ਸਾਰੀਆਂ ਬਣੀ ਰਹੀਆਂ। ਅਤੇ ਹੁਣ ਬਿਲਕੁਲ ਅਸਾਂ ਏਅਰਪੋਰਟ ਵਾਲੀ ਰੋਡ ਪਰ ਹਾਂ, ਅਤੇ ਹੋਰ ਤਕਰੀਬਨ ਅਸਾਂ ਕਿ 10 ਮਿੰਟ ਲੱਗੀ ਜਾ ਸਾਨੂੰ ਏਅਰਪੋਰਟ ਦੇ ਅੰਦਰ ਹੋਸਾਂ ਇਨਸ਼ਾਅੱਲਾ। ਅਤੇ ਰੋਡ ਚੈੱਕ ਕਰੋ ਏਅਰਪੋਰਟ ਵਾਲੀ, ਮਾਸ਼ਾਅੱਲਾ ਇਹ ਵੀ ਬਹੁਤ ਖੂਬਸੂਰਤ ਹੈ। ਵਿਚਕਾਰਾ ਜਿਹੜੀ ਲੈਣ ਬਣਾਈ ਨੇ ਜ਼ਾਹਰੀ ਗੱਲ ਹੈ, ਇੱਥੋਂ ਜਿਹੜੀ ਬੱਸ ਅਚਣੀ ਏਅਰਪੋਰਟ ਵਾਲੀ ਜਿਹੜੀ ਸਟਾਫ ਵੈਸਾ ਬਣਾਈ ਨੇ ਉਹ ਇੱਥੋਂ ਲੰਘਣੀ ਹੈ, ਇਹ ਇੱਕ ਬਹੁਤ ਬੜਾ ਇਕਦਾਮ ਕੀਤਾ ਨੇ। ਅਤੇ ਇਸ ਤੋਂ ਇਲਾਵਾ ਜਨਾਬ ਤੱਕ ਕੀ ਸਕਦੇ ਹੋ ਸਾਈਨ ਬੋਰਡ ਹਰ ਚੀਜ਼ ਤੁਸੀਂ ਕੀਤਾ ਲੱਭ ਸੀ, ਕੋਈ ਸੱਚੀ ਦਾ ਇੰਟੈਂਸ਼ਨ ਪਰੇਸ਼ਾਨੀ ਹੋਣੀ। ਅਤੇ ਬੂਟੇ ਜਿਹੜੇ ਲੱਗੇ ਹੋਏ ਨੇ ਇਹ ਤੱਕੋ ਮਾਸ਼ਾਅੱਲਾ, ਜਿਹੜਾ ਇਹ ਖੂਬਸੂਰਤੀ ਬਹੁਤ ਜ਼ਿਆਦਾ ਇਜ਼ਾਫਾ ਕਰਦੇ ਪਏ। ਖਾਸ ਕਰੀ ਦਾ ਜਿਹੜਾ ਜੀ ਇੱਕ ਬੂਟਾ ਮੇਰੇ ਤੱਕਿਆ ਕਿਹੜਾ ਜਾਂ ਕਿੱਕਰ ਨਾ ਕਿੱਕਰ ਵੀ ਤੱਕਿਆ ਜੀ ਇੱਥੇ ਲੱਗੇ ਆ, ਬਾਕੀ ਕੁਦਰਾ ਨਹੀਂ ਕਿਉਂਕਿ ਸਾਨੂੰ ਪਤਾ ਆ ਇਹ ਜਿਹੜਾ ਇਲਾਕਾ ਆ ਇਹ ਪੱਥਰੀਲਾ ਇਲਾਕਾ ਆ, ਅਤੇ ਇੱਥੇ ਕਿੱਕਰ ਜਿਹੜਾ ਨਾ ਇਹ ਆਮ ਹੈ ਇੱਥੇ, ਅਤੇ ਪਲਾਈ ਵੀ ਹੈ ਕੁਸਾ ਕੁਸਾ ਜਗ੍ਹਾ। ਅਤੇ ਮਾਸ਼ਾਅੱਲਾ ਬਸ ਨੇੜਾ ਹੀ ਲੱਗੇ ਹੋਏ ਆ, ਅਤੇ ਗੱਡੀਆਂ ਤੋਂ ਕੋਈ ਦੜੋ ਦੜ ਜਾਣੀਆਂ ਜ਼ਿਆਦਾਤਰ ਸਾਰੀਆਂ ਸਾਡੀ ਆਜ਼ਾਦ ਕਸ਼ਮੀਰ ਨਹੀਂ ਆ ਇਹਨੂੰ ਜ਼ਿਆਦਾਤਰ, ਕਿਉਂਕਿ 9 ਵਜੇ ਫਲੈਟ ਅੱਛ ਨਹੀਂ ਪਿਆ, ਤੁਰਕੀ ਨਹੀਂ ਤੁਰਕੀ ਨਹੀਂ, ਅਤੇ ਜਿਸ ਦੀ ਵਜ੍ਹਾ ਤੋਂ ਜਿਹੜਾ ਨਾ ਕਾਫੀ ਗੱਡੀਆਂ ਜਿਹੜੀਆਂ ਨਾ ਸਾਡੇ ਇਲਾਕੇ ਦੀਆਂ ਜਾਣੀਆਂ ਪਈਆਂ। ਅੱਜ ਰਸ਼ ਵੀ ਕੋਣੀ ਸੀ ਇਸ ਮਾਰੋ, ਅੱਜ ਹਰ ਬੰਦਾ ਜਲਦੀ ਪਹੁੰਚੀ ਆਇਆ, ਬਹੁਤ ਮਾਰੀ ਆ। ਆਈ ਗਿਆ ਜੀ ਸਾਈਨ, ਵੈਲਕਮ ਟੂ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ। ਤੁਹਾਨੂੰ ਤੱਕ ਕੀ ਸਕਦੇ ਹੋ ਆਪ ਦੇਖ ਸਕਦੇ ਹੈ ਨਾਜ਼ਰੀ ਸਾਹਮਣੇ ਸਾਹਮਣੇ, ਵੈਲਕਮ ਟੂ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ। ਹੁਣ ਗ੍ਰੀਨਰੀ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋ ਗਿਆ, ਉੱਥੇ ਪੌਦੇ ਸ਼ੋਦੇ ਸੁਣ ਤੱਕ ਕੀ ਸਕਦੇ ਹੋ ਕਿਤਨੇ ਖੂਬਸੂਰਤ ਲੱਗਣੇ ਪਏ। ਅਗਰ ਧੁੱਪ ਆਉਣੀ ਸੀ ਨਾ ਤੁਸੀਂ ਹੋਰ ਸੋਹਣਾ ਲੱਗਾ, ਕਿਉਂਕਿ ਥੋੜ੍ਹਾ ਜਿਹਾ ਮੌਸਮ ਐਸਾ ਕਿ ਹਨੇਰਾ ਹੀ ਹੈ। ਐ ਤਾਂ ਕੀ ਸਕਦੇ ਹੋ ਫੈਮਲੀਆਂ ਕਿਸ ਤਰ੍ਹਾਂ ਜਾਣੀ ਮੈਂ ਸੁਜ਼ੂਕੀ ਪਰ ਲੱਦੀਆਂ ਹੋ, ਇਹ ਵੀ ਤੁਸੀਂ ਗੌਰ ਕਰੋ। ਇਹ ਪਾਕਿਸਤਾਨੀ ਇੱਕ ਨਿਸ਼ਾਨੀਆਂ ਵਿੱਚ ਇੱਕ ਨਿਸ਼ਾਨੀ ਹੈ, ਤਾਂ ਘੁਣੋ ਕਿਸ ਤਰ੍ਹਾਂ ਆਵਾਮ ਜਾ ਰਹੀ ਹੈ ਸੁਜ਼ੂਕੀਆਂ ਪਰ। ਬਾਹਰੇ ਮੁਲਕਾਂ 'ਚ ਘੁਣਾ ਸੀ ਤਾਂ ਉਹਨੇ ਕਿੱਥੇ ਹੀ ਰੋਕਿਆ ਪੈਰ ਨੇ, ਆਪ ਅੰਦਰ ਅੱਲਾ ਹੀ ਆਪਦੀ ਹੈ ਤਾਂ ਚਲੋ।
ਠੀਕ ਹੀ ਹੈ ਜੀ, ਠੀਕ ਹੈ ਜੀ ਦੋਸਤੋ, ਹੁਣ ਏਅਰਪੋਰਟ ਅੰਦਰ ਇਨਸ਼ਾਅੱਲਾ ਪਾਰਕਿੰਗ ਵੀ ਲਾਫਾਂ ਗੱਡੀ ਦਾ, ਫਿਰ ਅਗਲਾ ਵੀਡੀਓ ਸੰਗ ਦੱਸਾਂ। ਪਹੁੰਚੇ ਹਾਂ ਜੀ ਏਅਰਪੋਰਟ, ਇਹ ਤਾਂ ਕੀ ਸਕਦੇ ਹੋ ਤੁਸੀਂ, ਮਾਸ਼ਾਅੱਲਾ ਪਾਰਕਿੰਗ, ਮੌਸਮ ਬੜਾ ਕਲੋਡੀ ਕਲੋਡੀ ਹੈ ਅੱਜ, ਆਵਾਮ ਖਲਤੀ ਵੀ ਹੈ ਕਾਫੀ, ਸੰਡੇ ਹੈ ਫਿਰ ਵੀ ਕਾਫੀ ਰਸ਼ ਹੈ ਅੱਜ। ਸਾਡੀ ਫਲੈਟ ਹੈ ਕਿ ਤਕਰੀਬਨ ਅੱਜ ਆਏ ਆ, ਤਕਰੀਬਨ ਪੌਣਾ ਘੰਟਾ ਆਇਆ ਹੈ, ਤੋ ਅਸਾਂ ਚਲੋ ਜ਼ਰਾ ਕਿੱਧਰ ਫਿਰੀ ਤੁਰੀ ਕਿਨੇ, ਲੱਤਾਂ ਜ਼ਰਾ ਢਿੱਲੀਆਂ ਕਰੀ ਕਿਨੇ ਆ, ਇਹ ਆਪਣਾ ਬ੍ਰਿਜ ਜਾਈ ਰਿਹਾ ਫਾਸਟ ਟਰੈਕ ਜਿਹੜਾ ਹੈ, ਸਿਆਣੇ ਫਤਿਹ ਜੰਗ ਜਿਹੜਾ ਏਰੀਆ ਹੈ ਨੇ, ਸਿਆਣੇ ਫਤਿਹ ਜੰਗ, ਇਹ ਜੀ ਏਰੀਆ ਜ਼ਿਆਦਾ ਨਾ ਲੈਂਡਿੰਗ ਏਰੀਆ, ਏਅਰ ਬਰੂ ਖਲਤੀ ਵੀ ਹੈ, ਹੋਰ ਕੁਛ ਕੋਈ ਜਾਦ ਲੱਭਿਆ ਨਾ ਲੱਭਿਆ ਤੁਸੀਂ, ਬਲਕਿ ਏਅਰ ਬਰੂ ਲਾਜ਼ਮੀ ਲੱਭਸੀ, ਇਹ ਖਲਤੇ ਆ, ਇਹ ਕਰਾਚੀ ਲਾਹੌਰ ਪਿਸ਼ਾਵਰ ਲੱਟਰ ਪੱਟਰ ਅੱਗੇ ਜਿਹਦੇ ਪਾਕਿਸਤਾਨ ਦੇ ਲੋਕਲ ਏਰੀਆ ਨੂੰ ਉੱਧਰ ਜਾਣਾ ਚਾਹਦੇ, ਠੀਕ ਹੈ ਜੀ। ਅਜੇ ਇੰਟਰਨੈਸ਼ਨਲ ਫਲੈਟ ਅਜੇ ਕੋਈ ਆਈ ਹੈ, ਪਹਿਲੇ ਲਈ ਸੀ ਸੋਦੀਆ ਨਹੀਂ, ਇਸ ਤੋਂ ਬਾਅਦ ਤੁਰਕੀ ਨਹੀਂ, ਸਾਰਾ ਜਾਦ ਤੁਰਕੀ ਵਾਲਾ ਆ, ਅਤੇ ਬੁਨ ਗਾਰਡਨ ਇਸ ਨਾ ਏਅਰਪੋਰਟ ਨਾ ਸਾਰਾ, ਇਹ ਭਾਈ ਯਾਰ ਪਤਾ ਨਹੀਂ ਕੋਈ ਕਨਫਿਊਜ਼ ਹੋਈ ਗਈ ਕਦੋਂ ਜਾਣੇ ਪਏ, ਪਿੱਛੋਂ ਗੱਡੀ ਆਈ ਹੈ, ਔਰ ਉਹ ਇੱਕ ਪ੍ਰਾਈਵੇਟ ਜਾਦ ਜਾ ਰਿਹਾ ਜੀ, ਉੱਡਣ ਗਿਆ, ਇਹ ਪਤਾ ਨਹੀਂ ਸ਼ਹਿਬਾਜ਼ ਸ਼ਰੀਫ ਰਾਣਾ ਜਹਾਜ਼ ਹੈ ਕਿ ਕੁਛ ਨਾ ਆਇਆ, ਉਹਨਾਂ ਨਾਲ ਵੀ ਅਜਿਹਾ ਪਤਾ ਨਹੀਂ, ਪਤਾ ਇੱਥੇ ਲਾਉਣਾ ਨਹੀਂ, ਸਪੋਰਟ ਕਾਰ ਹੀ ਜਾਈ ਰਹੀ ਹੈ, ਬੱਸ ਜਾਈ ਰਹੀ ਹੈ ਜੀ ਪੈਸੰਜਰ ਵਾਲੀ, ਇਹ ਖਾਲੀ ਹੈ। ਅੱਛਾ ਜੀ ਦੋਸਤੋ, ਮੈਂ ਥੋੜ੍ਹਾ ਰੋਂਗ ਸਾਂ ਕਿ ਇਸ ਮਾਰੇ ਕਿ ਮੈਂ ਸੋਚਿਆ ਕਿ ਤੁਰਕੀ ਨਜਾਜ਼ ਸੀ, ਤੁਰਕੀ ਨਜਾਜ਼ ਨਹੀਂ ਹੈ, ਸੋਦੀਆ ਨਜਾਜ਼ ਆ ਜੀ ਸਾਡਾ, ਜਿਹਦੇ ਸਾਡੇ ਬੰਦੇ ਆਈ ਰਹੇ, ਉਹ ਸੋਦੀਆ ਨਜਾਜ਼ ਹੈ ਜੀ, 9 ਵਜੇ ਉਹ ਫਲੈਟ ਲਏ ਸੀ, ਬਸ ਨੇੜਾ ਹੀ ਲੱਗਾ ਵਾ, ਅਸਾਂ ਤੱਕਿਆ ਚੈੱਕ ਕੀਤਾ, ਤਕਰੀਬਨ ਲਾਹੌਰ ਨੇ ਅਪਰ ਜਾਜ਼ ਹੈ, ਤਕਰੀਬਨ ਹੋਰ ਵੀ ਬੂਹੀ ਆਇਆ ਨਾ ਅੱਧੇ ਘੰਟੇ ਨੇ ਅੰਦਰ, ਅੱਧਾ ਘੰਟਾ ਵੀ ਨਹੀਂ ਬਲਕਿ ਅੱਧਾ ਅੱਧਾ ਘੰਟਾ ਜਾਂ 25 ਤੋਂ 20-25 ਮਿੰਟ ਲੱਗੀ ਜਾ ਸਾਨੂੰ ਉਸ ਪੁੱਛੀ ਅਸੀਂ ਤਾਂ, ਕਿਉਂਕਿ ਜਹਾਜ਼ ਬੜਾ ਹੈ ਤਾਂ 10 ਹੀ ਲੱਖਾਂ ਸ਼ਰਾਂ, ਇੱਕ ਜਹਾਜ਼ ਆਇਆ ਜੀ ਪਾਕਿਸਤਾਨ, ਇਹ ਨਿੱਕਾ ਜਹਾਜ਼ ਹੈ, ਜਾ ਰਹੀ ਜੀ ਫਲਾਈ ਚਨਾ, ਪ੍ਰਾਈਵੇਟ ਜਹਾਜ਼ ਹੈ ਜੀ ਪਾਕਿਸਤਾਨ ਨਾਲ, ਅੱਜ ਤੁਸੀਂ ਜਹਾਜ਼ ਤੱਕੋ, ਇਹ ਤਾਂ ਅੱਧੇ ਘੰਟੇ ਘੰਟੇ ਬਾਅਦ ਗੁਜ਼ਰਾ ਜੀ ਤਾਂ ਲੈਣੇ, ਉਹ ਵੀ ਲਈ ਸ਼ਾਇ ਗਨੀਮਤ ਹੀ ਹੈ, ਪਰ ਸਾਡੀ ਕੋਈ ਕਿਸਮਤ ਚੰਗੀ ਸੀ ਕਿ 2-4 ਦਿਨਾਂ 'ਚ ਲੱਭੀ ਗਈ ਅਸਾਂਗੀ, ਇਹ ਕਾਦੀ ਆਜ਼ਮ ਨਾਲ ਜਹਾਜ਼ ਹੈ ਜੀ, ਜਿਸ ਤਰ੍ਹਾਂ ਕਾਦੀ ਆਜ਼ਮ ਜਿਹੜੇ ਹੋਣੇ ਸੀ ਇਸ ਜ਼ਿਆਦਾ ਸਫ਼ਰ ਕਰਨੇ ਹੋਣੇ ਸੀ, ਇਹ ਉਸ ਵੇਲੇ ਨੂੰ ਜਹਾਜ਼ ਹੈ, ਇੱਕ ਹੋਰ ਫਲਾਈਟ ਆਈ ਜੀ, ਇਹ ਵੀ ਕਾਇਦੇ ਆਜ਼ਮ ਰਾਣਾ ਜਹਾਜ਼ ਆਇਆ ਜੀ, ਇਹ ਸੈਨਾਲਾ ਨਾ, ਇਹ ਕੁੱਡਣ ਗਿਆ ਤਾਂ ਇੱਕ ਲੈਣਾ ਪਿਆ,
ਚਲੋ ਜੀ, ਬਾਬਾ ਕਾਇਦੇ ਆਜ਼ਮ ਸਾਹਿਬ ਟੇਕ ਆਫ ਕਰਨ ਕੇ ਲਈ ਰੈਡੀ ਹੈ। ਐਫ ਜੇ ਫਲਾਈ ਜਨਾ ਅਸਰ ਉੱਡਣੇ ਉਹ ਲਾ ਜਾਣਾ ਇੱਧਰ। ਗਿਆ ਜੀ, ਇਹ ਗਿਆ ਜੀ ਕਰਾਚੀ। ਹੁਣ ਆਈ ਰਹੀ ਜੀ ਹੈ ਫਲਾਈਟ ਸਾਊਦੀਆ, ਸਾਊਦੀਆ ਨਹੀਂ ਆਈ ਰਹੀ ਜੀ, ਸਾਡੇ ਪੈਸੈਂਜਰ ਆਈ ਰਹੇ, ਉਹ ਜਹਾਜ਼ ਆਈ ਰਿਹਾ ਹੁਣ ਬਸ ਅਨਕਰੀਬ ਲੈਣੇ ਵਾਲਾ। ਤਕਰੀਬਨ ਅਡਿਆਲੇ ਕੋਲ ਪਹੁੰਚੀ ਆ ਰਾਵਲਪਿੰਡੀ, ਬਸ ਉਹ ਦੋ ਚੌਵਾਂ ਮਿੰਟਾਂ 'ਚ ਆਈ ਜੀ ਅਸੀਂ। ਯੂਨਾਈਟਿਡ ਨੇਸ਼ਨ ਦੀ ਗੱਡੀ ਆਈ ਜੀ, ਯੂਨਾਈਟਿਡ ਨੇਸ਼ਨ UN। ਕੋਈ ਪੈਸੇਂਜਰ ਆਈ ਰਿਹਾ ਸੀ ਇਹਨਾਂ ਨੂੰ ਯੂਨਾਈਟਿਡ ਨੇਸ਼ਨ ਵਾਲਿਆਂ ਨੂੰ। ਆ ਗਈ ਜੀ ਸਾਡੀ ਫਲੈਟ, ਆ ਗਈ ਜੀ। ਆ ਤਾਂ ਕਹਿ ਸਕਣੇ ਹੋ ਲੈਣਾ ਪਿਆ ਵੱਡੇ ਆਰਾਮ ਨਾਲ, ਸਕੂਨਾਂ ਦਾ ਲਗਾ ਸ਼ਰਾਮ, ਇਸੀ ਪਤਾ ਹੈ ਕੋਈ ਟੈਨਸ਼ਨ ਪਰੇਸ਼ਾਨੀ ਕੋਈ ਨਹੀਂ। ਟ੍ਰਿਪਲ 777 ਚਲੋ ਜੀ। ਇਹ ਤਾਂ ਕੁਝ ਜੀ ਦੋਸਤੋ, ਫਲੈਟ ਲਈ ਆਈ ਹੈ ਹੁਣ ਜੁੱਲੇ ਆਸਤੇ ਆਸਤੇ ਬੁਨ, ਅਤੇ ਹੁਣ ਅੰਦਰ ਮਾਹੌਲ ਤੋਂ ਥੋੜ੍ਹਾ ਜਿਹਾ ਚੈੱਕ ਕਰਾਉਣੇ ਆ। ਠੀਕ ਹੈ ਜੀ, ਜ਼ਿਆਦਾ ਵਾਮ ਆ ਜੀ ਦੋਸਤੋ, ਇਤਨੀ ਜ਼ਿਆਦਾ ਵਾਮ ਆਈ ਰਹੀ ਨਾ ਅੱਜ। ਇਹ ਤਾਂ ਕੋ ਬੁਨ ਰਸ਼ ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ ਯੇ ਵਾਮ ਆਈ ਰਹੀ ਹੈ। ਦੋਸਤੋ ਜਾ ਤਾਂ ਲਈ ਹੈ ਪਰ ਫਿਰ ਵੀ ਅਜੇ ਕਾਫੀ ਟਾਈਮ ਲੱਸੀ, ਕਮ ਤੋਂ ਕਮ ਘੰਟਾ ਲੱਗੀ ਅਸੀਂ ਬਾਹਰ ਲਿਖਣੇ ਹੋ, ਕਿਉਂਕਿ ਫਲਾਈਟਾਂ ਇੱਕ ਦੋ ਲੱਥੀਆਂ ਵਾ, ਅਤੇ ਇਸ ਵਾਰ ਮੈਂ ਡਰੈਕ ਰੌਣ ਛੌਂਡ ਲਾਈ ਹੈ, ਚੱਕਰ ਲਾਈ ਸ਼ਾਂ। ਠੀਕ ਹੈ ਜੀ, ਤੁਹਾਨੂੰ ਦੱਸਣੇ ਹਨ ਏਅਰਪੋਰਟ ਦਾ ਬਹੁਤ ਬੜਾ ਹੈ ਜੀ, ਏਅਰਪੋਰਟ ਹੈ ਕੋਈ ਸ਼ੱਕ ਨਹੀਂ, ਬਹਰਾ ਲਿਆ ਕਿ ਤੁਸੀਂ ਅਗਲੀ ਗੱਲ ਨਾ ਪਤਾ ਵੀ ਹੈ ਹੁਣ ਕਿਆ ਬਾਈ ਹੈ। ਜੁਲੇ ਹਾਂ ਦਰਿਆ ਕੋ ਟੱਕ ਸ਼ਾਪ ਪਰ, ਕੋਈ ਚਾਹ ਸ਼ਾਹ ਪੀਣੇ ਆ, ਉਸ ਤੋਂ ਬਾਅਦ ਫਿਰ ਅੱਗੇ ਕੋਈ ਇਹ ਜੀ ਅੰਦਰੂਨੇ ਮੁਲਕ ਆਮਦ, ਮੁਲਾਕਾਤ ਕੀ ਜਗ੍ਹਾ, ਇੱਥੋਂ ਲੋਕਲ ਜਾਣੇ ਜਾ ਜੀ। ਰਵਾਨਗੀ ਵਾਲਾ ਸਿਸਟਮ ਉੱਪਰ ਹੈ, ਡਿਪਾਰਚਰ ਵਾਲਾ, ਇਹ ਅਰਾਈਵਲ ਵਾਲਾ ਬੁੰਡ ਹੈ।
ਮਾਸ਼ਾਅੱਲਾ ਮੌਸਮ ਕਾਫੀ ਚੇਂਜ ਹੋ ਗਿਆ ਹੁਣ, ਇਤਨੀ ਗਰਮੀ ਕੋਈ ਰਹੀ ਹੈ। ਵੈਸੇ ਵੀ ਤਾਂ ਪੱਖੇ ਲੱਗੇ ਬੜੇ ਬੜੇ ਝੱਖੜ ਝੋਲੇ ਵਾਲੇ। ਇਹ ਜਾਣਾ ਸਫਾਈ ਕਰੀ ਰਿਹਾ ਤਾਂ ਕਰੋ, ਗੋਲ ਮੋਲ ਉੱਥੇ ਹੀ ਫਿਰੀ ਰਿਹਾ। ਨਸਵਾਰ ਇਸ ਕੋਲ ਚਾਹ ਨਹੀਂ ਹੋਣੀ ਵੀ ਹੁਣ, ਸੈਰੀ ਕਿ ਨਸਵਾਰ ਜੀ ਥੱਲਾ ਮੱਲੀ ਵੀ ਕਿਸਾ ਚਾਹਿਆ ਉਹ ਸਾਫ਼ ਹੀ ਨਹੀਂ ਹੋਣੀ। ਬਤੇਰ ਫੇਰਿਆ ਗੋਲ ਮੋਲ ਪਰ ਨਹੀਂ ਲੱਥੀ। ਦੋ ਕੱਪ ਚਾਏ ਜੀ ਬਸ ਜੀ। 200 ਉਸ ਤੋਂ ਹੁਣ ਆਈ ਗਿਆ ਜੀ ਏਅਰਪੋਰਟ ਨੇ ਪਾਰਕਾਂ ਵਿੱਚ, ਜਿਹੜਾ ਸੱਜੀ ਸਾਈਡ ਹੈ ਜੀ ਦਸੀਸ ਪੈਸਾ, ਜਿਹੜਾ ਜਨਾਬ ਲੋਕਲ ਜ ਫਲਾਈਟਾਂ ਦੇਖਣੀਆਂ ਉਸ ਪੈਸਾ ਜਿਹੜਾ ਪਾਰਕ ਹੈ, ਉੱਧਰ ਅਸਾਂ ਬੈਠੇ ਹਾਂ ਜਨਾਬ। ਹੈ ਚਾਹ ਸ਼ਾਹ ਕਿੰਦੀ ਹੈ ਨਾਲ ਸੈਂਡਵਿਚ ਹੀ ਉਹ ਖਾਸਾ, ਇੱਥੇ ਬਈ ਘਾਹ ਪਰ ਅਤੇ ਬੈਂਚ ਤਾਂ ਇੱਥੇ ਹੈ ਕੋਈ ਲਾਏ ਵੀ ਨੇ। ਜ਼ਰਾ ਕਸਾਂ ਚਲੋ ਫਰੀ ਦਾ ਵੀ ਜਾਵਾਂ ਇਸ ਪੈਸੋਂ, ਕਿਉਂਕਿ ਏਅਰਪੋਰਟ ਜਿਹੜਾ ਬੜਾ ਬੁਲਾਇਆ ਜੀ। ਇਸ ਪੈਸੇ ਫਲਾਟ ਖਿਲਦੀ ਹੈ ਏਅਰ ਬਲੂ ਨਹੀਂ, ਅਤੇ ਕਾਫੀ ਬੜਾ ਏਅਰਪੋਰਟ ਹੈ ਮਾਸ਼ਾ ਅੱਲਾ। ਏਅਰਪੋਰਟ ਹੈ ਕੋਈ ਸ਼ੱਕ ਨਹੀਂ, ਬਸ ਚੱਲਣਾ ਠੀਕ ਚਾਹੀਦਾ ਹੋਰ ਕੋਣੀ। ਤਾਂ ਕਾਫੀ ਖੂਬਸੂਰਤ ਬਣਾਇਆ ਉਹਨੇ ਜੀ ਇਹ ਜਗ੍ਹਾ, ਠੀਕ ਹੈ। ਏਅਰ ਬਲੂ ਨਹੀਂ ਫਲਾਈਟ, ਉਹ ਪਰੇ ਖਲਤੀ ਵੀ ਹੈ। ਰਿਜ਼ਵਾਨ ਸਾਹਿਬ ਹੈ ਫਰੀ ਦੇ ਚਾਹ ਪੀ ਰਹੇ। ਇਹ ਖਾਈ ਰਿਹਾ ਜੀ ਬਰਗਰ ਨਾਲ ਬਾਇਆ ਪਰ ਕੈਚਅਪ, ਬਰਗਰ ਕਹਿ ਸੈਂਡਵਿਚ, ਸੈਂਡਵਿਚ ਹੈ ਜੀ। ਇਸਨੇ ਅੰਡਾ ਪਿਆ ਵਾ, ਪਤਾ ਨਹੀਂ ਹੋਰ ਮਾਇਨੀਜ਼ ਹੈ ਉਸ, ਪਤਾ ਨਹੀਂ ਕਿਹੜਾ ਸੋਸ ਪਿਆ ਵਾ, ਸਾਨੂੰ ਕਿਉਂ ਰੱਖਣੇ ਨਾ ਚਾਹ ਹੈ ਨਾਲ ਤਾਂ ਕੋਈ ਮਾਹੌਲ ਹੈ ਇੰਦਰ ਮਾਸ਼ਾ ਅੱਲਾ। ਇਹ ਜੀ ਸਾਰਾ ਜਿਹੜਾ ਅਸਾਂ ਖਾਧਾ ਉਹ ਸੱਟਣੇ ਹਾਂ ਜੀ ਬਿੰਨਾ ਵਿੱਚ, ਤਾਂ ਫਿਰ ਜੁਲੇ ਹਾਂ। ਮਤਾ ਕੋਈ ਸਾਡਾ ਪੈਸੇਂਜਰ ਬਾਹਰ ਆ ਹੀ ਗਿਆ ਵੈ। ਚਲੋ ਜੀ ਹੁਣ ਜੁਲੇ ਹਾਂ ਵਾਪਸ ਅੰਦਰ, ਇੰਜੋਇਮੈਂਟ ਹੋਈ ਗਈ ਆ ਥੋੜ੍ਹੀ ਬਹੁਤੀ। ਜਾ ਰਹੇ ਹਾਂ ਜੀ ਵਾਪਸ, ਤੱਕੀ ਸਕਣੇ ਹੋ ਤੱਕੜਿਆ ਮਤਾ ਆਈ ਗਏ ਵੈਨ ਬਾਹਰ, ਤਾਂ ਫਿਰ ਮਾਸ਼ਰ ਘੱਲਾ ਰਹੀ ਘਰਾਂ ਨਹੀਂ ਤਰਫ ਕੂਚ ਕਰਾਂ। ਜੁਲੇ ਹਾਂ ਜੀ ਅਰਾਈਵਲ ਨਹੀਂ ਤਰਫ, ਬੜੀ ਆਵਾਮ ਹੈ ਜੀ ਅੱਜ ਵੀ। ਹਾਂਜੀ ਦੋਸਤੋ ਹੁਣ ਜਾ ਰਹੇ ਹਾਂ ਜੀ ਵਾਪਸ ਘਰ ਵਾਲੀ ਸਾਈਡ, ਪਰ ਨਿੱਕੀ ਨਿੱਕੀ ਬਾਰਿਸ਼ ਵੀ ਸਟਾਰਟ ਹੋ ਗਈ ਹੈ। ਬਾਬਾ ਜੀ ਹੋਟਲ ਬਾਹਰ ਖਲਤੇ ਹੋਏ ਹਾਂ ਹੁਣ, ਇਨਸ਼ਾਅੱਲਾ ਤੁਸੀਂ ਮਿਲਸਾਂ ਆਖਰੀ ਸੀਨ ਕਿਨਸਾਂ ਤਾਂ ਗਲੀ ਕੋਲ, ਫਿਰ ਤੁਸਾਂ ਕੋਲ ਕਿਨਸਾਂ ਇਜਾਜ਼ਤ, ਕਿਉਂਕਿ ਵੀਡੀਓ ਕਾਫੀ ਜਿਹੜੀ ਹੈ ਨਾ ਲੰਮੀ ਹੋ ਗਈ ਹੈ। ਠੀਕ ਹੈ ਜੀ ਦੋਸਤੋ ਹੁਣ ਮਿਲਦੇ ਹਾਂ ਇਨਸ਼ਾਅੱਲਾ। ਅੱਛਾ ਜੀ ਦੋਸਤੋ ਇਹ ਪਹੁੰਚੇ ਹਾਂ ਜੀ ਦੰਗ ਗਲੀ, ਜਨਾਬ ਇਹ ਤੱਕੀ ਸਕਣ ਪੁਰਾਣਾ ਬ੍ਰਿਜ ਹੈ ਤਾਰਾਂ ਵਾਲਾ। ਉਹ ਰਾਹ ਉੱਥੋਂ ਕਿੱਦਾਂ ਕਿੱਦਾਂ ਗੱਡੀਆਂ ਚੱਲੀਆਂ ਸੀ, ਉਹ ਚੁੱਕੀ ਸੀ ਪੁਲਿਸ ਵਾਲਿਆਂ ਨੇ, ਗੱਡੀਆਂ ਚੈਕਿੰਗ ਹੋਣੀਆਂ ਸੀ ਜਨਾਬ। ਫਿਰ ਇੱਥੋਂ ਚੜ੍ਹਨੀ ਸਿੱਧਾ ਇੱਥੋਂ ਉੱਪਰ ਚੜ੍ਹਨੀ ਸੀ, ਇਹ ਪੁਰਾਣੀ ਰੋਡ ਜਾਣੀ ਸੀ ਨਾਲੋਂ ਨਾਲ। ਠੀਕ ਹੈ ਜੀ ਦੋਸਤੋ ਇਹ ਮਜ਼ੇ, ਬਾਕੀ ਕਿਸ਼ਤੀਆਂ ਖਲਦੀਆਂ ਹੁਣ। ਇਹ ਜਨਾਬ ਕੋਈ ਸਬਸਕ੍ਰਾਈਬਰ ਲੱਭੇ ਸੀ ਮੱਛੀਆਂ ਨੇ ਜਾਈ ਰਹੇ, ਅਤੇ ਬਾਕੀ ਇੱਧਰ ਥੋੜ੍ਹਾ ਜਿਹਾ ਮਾਰਨਾ ਆ ਕੈਮਰਾ।
ਐ ਤਾਂ ਕੀ ਸੁੱਕਣੇ ਹੋ ਜਨਾਬ, ਇੱਧਰ ਡੈਮ ਇਹ ਸਿੱਧਾ ਆ ਜਾ ਰਿਹਾ ਸਾਡੀ ਸਾਈਡ। ਠੀਕ, ਵੀਡੀਓ ਨਾ ਕਰਨੇ ਜੇ ਤਾਂ ਪਜ਼ੀਰ ਇੱਥੇ ਹੀ, ਵੀਡੀਓ ਕਾਫੀ ਲੰਬੀ ਹੋ ਗਈ ਹੈ, ਮਿਗ ਦਿਓ ਇਜਾਜ਼ਤ, ਅੱਲਾ ਸੋਹਣੇ ਵਾਲਾ ਇਨਸ਼ਾਅੱਲਾ ਮਿਲਸਾ ਨੈਕਸਟ ਵੀਡੀਓ ਵਿੱਚ, ਫੀ ਮਾਨ ਅੱਲਾ ਜੀ।